ਬ੍ਰੇਕ ਤੋਂ ਬਾਅਦ ਸਵਾਗਤ ਹੈ ਤੁਹਾਡਾ ਗਰੇਵਾਲ ਸਾਹਿਬ ਦੱਸ ਰਹੇ ਸੀ ਕਿਦਾਂ ਉਹਨਾਂ ਨੇ ਆਵਾਜ਼ ਉਠਾਈ ਜਦੋਂ ਸਰਕਾਰ ਸੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਤੇ ਉਹਨਾਂ ਨੂੰ ਉਸ ਆਵਾਜ਼ ਦਾ ਖਮਿਆਜਾ ਵੀ ਭੁਗਤਣਾ ਪਿਆ ਤੇ ਅੱਜ ਦੇ ਜੋ ਹਾਲਾਤ ਹੈ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਤੋਂ ਅਲੱਗ ਹੋ ਚੁੱਕੀ ਹੈ ਤੇ ਉਹਨਾਂ ਨੇ ਤਾਲ ਵੀ ਠੋਕ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਤੇ ਸ਼ਰੀਆਮ ਦੱਸ ਰਹੇ ਨੇ ਕਿ ਕੇਂਦਰ ਦੀ ਜੋ ਨਰਿੰਦਰ ਮੋਦੀ ਸਰਕਾਰ ਹੈ ਕਿਦਾਂ ਕਿਸਾਨ ਵਿਰੋਧੀ ਹੋ ਕੇ ਪੇਸ਼ ਹੋ ਰਹੀ ਹੈ ਵਿਰੋਧੀ ਨਹੀਂ ਹੈ ਹਤੈਸ਼ੀ ਸਰਕਾਰ ਹੈ ਭਾਰਤੀ ਜਨਤਾ ਪਾਰ ਗਰੇਵਾਲ ਸਾਹਿਬ ਇਹ ਕਹਿ ਰਹੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹਨਾਂ ਦਾ ਆਪਣੀ ਭਾਈਵਾਲ ਪਾਰਟੀ ਸੀ ਇਹ ਸ਼ਾਇਦ ਉਹਨਾਂ ਨੂੰ ਦੱਸਣ 'ਚ ਕਿਤੇ ਨਾ ਕਿਤੇ ناکਾਮ ਹੈ ਉਹਨਾਂ ਨੂੰ ਸਮਝਾਉਣ 'ਚ ਨਾ ناکਾਮ ਹੈ ਸਾਹਿਬ ਉਹ ਜਾਣਬੁੱਝ ਕੇ ਉਹਨਾਂ ਨੇ ਸਮਝ ਕੇ ਵੀ ਉਸ ਚੀਜ਼ ਨੂੰ ਪਿੱਠ ਦਿਖਾਈ ਹੈਗੀ ਆ ਸਿਰਫ ਉਹਨਾਂ ਨੂੰ ਇਹ ਲੱਗਿਆ ਵੀ ਮਾੜੇ ਕਰਮ ਤਾਂ ਪਹਿਲਾਂ ਕੀਤੇ ਆ ਪਹਿਲਾਂ ਅਸੀਂ ਉੱਥੋਂ ਖਤਮ ਤੇ ਹੋ ਸਕਦਾ ਵੀ ਕੈਪਟਨ ਅਮਰਿੰਦਰ ਆਮ ਆਦਮੀ ਪਾਰਟੀ ਤੇ ਹੋਰ ਲੋਕ ਉਹ ਜਿਹੜੇ ਇਹ ਮੀਟਿੰਗਾਂ ਕਰ ਰਹੇ ਆ ਕਿਸਾਨਾਂ ਨੂੰ ਨਾਲ ਲੈ ਜਾਣ ਦੇ ਵਿੱਚ ਸਫਲ ਨਾ ਹੋ ਜਾਣ ਵੀ ਅਸੀਂ ਜਮਾ ਹੀ ਨਾ ਖਤਮ ਹੋ ਜਾਈਏ ਡਰਦੇ ਮਾਰੇ ਉਹ ਭੱਜਿਆ ਅਲਾਈਂਸ ਛੱਡ ਕੇ ਹੋਰ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਦੂਜੀ ਗੱਲ ਮੈਂ ਇੱਕ ਤੁਹਾਡੇ ਜ਼ਰੀਏ ਆਪਣੇ ਲੋਕਾਂ ਨੂੰ ਕਹੂੰਗਾ ਕਿਸਾਨ ਪਰਿਵਾਰਾਂ ਨੂੰ ਦੇਖੋ ਮੇਰਾ ਪਿੰਡ ਪੂਖੜੀ ਕਲਾਂ ਜ਼ਿਲ੍ਹਾ ਲੁਧਿਆਣਾ ਹੈ ਔਰ ਮੈਨੂੰ ਇਸ ਗੱਲ ਦਾ ਮੇਰੇ ਪਿੰਡ ਵਾਲਿਆਂ ਨੂੰ ਇਸ ਗੱਲ ਦਾ ਫਖਰ ਹੈ ਮਾਣ ਹੈ ਵੀ ਸੈਂਡ ਲੈਂਡ ਟਰਾਂਸਪੋਰਟ মিডিਆ ਡਰੱਗਸ ਦੀ ਗੱਲ 2009 ਦੇ ਵਿੱਚ ਉੱਥੋਂ ਚੱਲੀ ਸੀ ਬੇਸ਼ੱਕ ਸਾਡੀ ਸੁਣਵਾਈ ਹੋਈ ਚਾਹੇ ਨਹੀਂ ਹੋਈ ਲੇਕਿਨ ਇਸ ਗੱਲ ਦਾ ਮਾਣ ਆ ਫਖਰ ਆ ਵੀ ਸਾਡਾ ਜੰਗਲ ਦੀ ਅੱਗ ਬੁਝਾਉਣ ਵਾਲਿਆਂ 'ਚ ਤਾਂ ਨਾ ਹੋਊਗਾ ਲਾਉਣ ਵਾਲਿਆਂ ਦੇ ਵਿੱਚ ਨਹੀਂ ਹੋਊਗਾ ਮੈਂ ਆਪਣੇ ਭਾਈਚਾਰੇ ਨੂੰ ਇਹ ਕਹਿਣਾ ਵੀ ਮੈਂ ਜੇ ਉਦੋਂ ਦਾ 15 ਸਾਲ 16 ਸਾਲ ਹੋ ਗਏ ਲੜਦੇ ਨੂੰ ਜੇ ਅੱਜ ਕਿਸਾਨ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਬਿੱਲ ਨਹੀਂ ਹੋਊਗਾ ਤਾਂ ਤੁਹਾਨੂੰ ਕਹਿਣ ਦੀ ਕਿਸੇ ਨੂੰ ਲੋੜ ਨਹੀਂ ਪਊਗੀ ਕਿਉਂਕਿ ਮੈਂ ਕਿਸਾਨ ਦਾ ਪੁੱਤ ਆ ਮੈਂ ਤੁਹਾਡਾ ਭਰਾ ਤੁਸੀਂ ਮੇਰੇ ਬਜ਼ੁਰਗ ਵੀ ਹੋ ਮੇਰੇ ਪਰਿਵਾਰ ਵੀ ਹੋ ਸਾਡੇ ਖੇਤ ਵੀ ਸਾਂਝੇ ਆ ਸਾਡੇ ਘਰ ਵੀ ਸਾਂਝੇ ਆ ਸਾਡਾ ਜਿਉਣਾ ਮਰਨਾ ਵੀ ਸਾਂਝਾ ਆਏਗਾ ਔਰ ਉਹਦੇ ਵਿੱਚ ਮੇਰੇ ਪਿੰਡ ਵਾਲਿਆਂ ਨੂੰ ਮੇਰੇ ਇਲਾਕਿਆਂ ਵਾਲਿਆਂ ਨੂੰ ਕਦੇ ਥੱਲੇ ਨੂੰ ਮੂੰਹ ਕਰਨ ਦੀ ਜ਼ਰੂਰਤ ਨਹੀਂ ਪਊਗੀ ਜੇ ਆਪਾਂ ਉਸ ਸਮੇਂ ਡਟ ਕੇ ਪਹਿਰਾ ਦੇ ਸਕਦੇ ਹੈਗੇ ਆ ਬੇਸ਼ੱਕ ਸਾਡੀ ਆਵਾਜ਼ ਸੁਣੀ ਨਹੀਂ ਸੁਣੀ ਲੇਕਿਨ ਦਰਗਾਹ ਦੇ ਵਿੱਚ ਔਰ ਲੋਕਾਂ ਦੇ ਵਿੱਚ ਔਰ ਹਕੀਕਤ ਵੀ ਸਾਰਿਆਂ ਦੇ ਸਾਹਮਣੇ ਹੈਗੀ ਆ ਔਰ ਇਹ ਜਿਹੜਾ ਬਿੱਲ ਹੈਗਾ ਇਹਦੇ ਵਿੱਚ ਜੇ ਕੋਈ ਕਮੀ ਹੋਊਗੀ ਔਰ ਅਸੀਂ ਸਾਰਿਆਂ ਨੇ ਇੱਕ ਅੱਠ ਮੈਂਬਰੀ ਕਮੇਟੀ ਇਮਾਨਜੋਗ ਸਾਡੇ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਨੇ ਗਠਿਤ ਕੀਤੀ ਆ ਮੈਂ ਉਹਦਾ ਇੱਕ ਹਿੱਸਾ ਹੈਗਾ ਅਸੀਂ 31 ਦੀਆਂ 31 ਕਿਸਾਨ ਜਥੇਬੰਦੀਆਂ ਨੂੰ ਮੈਂ ਬੇਨਤੀ ਕਰਦਾ ਹੈਗਾ ਔਰ ਅਸੀਂ ਕੇਂਦਰ ਵੱਲੋਂ ਕੋਸ਼ਿਸ਼ ਕਰਦੇ ਹੈਗੇ ਆ ਵੀ ਇਹਨਾਂ ਨੂੰ ਉੱਥੇ ਬੁਲਾ ਕੇ ਜਿਹੜੇ ਵੀ ਕਮੀ ਆ ਚਾਹੇ ਉਹ ਖੇਤੀਬਾੜੀ ਮੰਤਰੀ ਬੈਠਣ ਚਾਹੇ ਉਹਦੇ ਵਿੱਚ ਮਾਨਯੋਗ ਪ੍ਰਧਾਨ ਮੰਤਰੀ ਜੀ ਬੈਠਣ ਔਰ ਜਿਹੜਾ ਬਿੱਲ ਹੈਗਾ ਜਿਹੜਾ ਪਾਸ ਹੋਇਆ ਖੇਤੀਬਾੜੀ ਬਿੱਲ ਉਹਦੇ ਵਿੱਚ ਜੇ ਕੋਈ ਕਮੀ ਰਹੀ ਹੋਈ ਜਿੱਥੇ ਕੋਈ ਸ਼ੱਕ ਹੈਗਾ ਉਹ ਅਸੀਂ ਕੱਢਾਂਗੇ ਅਸੀਂ ਤੁਹਾਡੇ ਹੱਕ ਦੇ ਵਿੱਚ ਅਸੀਂ ਖੇਤੀਬਾੜੀ ਦੇ ਹੱਕ ਦੇ ਵਿੱਚ ਆ ਕਿਸਾਨ ਸਾਡਾ ਰੀੜ ਦੀ ਹੱਡੀ ਹੈਗੀ ਆ ਔਰ ਸਾਡਾ ਰੱਬ ਆ ਕਿਉਂਕਿ ਸਾਰੇ ਮੁਲਕ ਨੂੰ ਉਹਨਾਂ ਨੇ ਖੁਲਾਇਆ ਹੈਗਾ ਉਹਦਾ ਮੋਢਿਆਂ ਤੇ ਭਾਰ ਚੱਕਿਆ ਹੈਗਾ ਔਰ ਇਸ ਚੀਜ਼ ਦੀ ਮੈਂ ਤੁਹਾਨੂੰ ਗਾਰੰਟੀ ਦਿੰਦਾ ਵੀ ਕਦੇ ਵੀ ਕਿਸਾਨ ਦਾ ਪੁੱਤ ਕਿਸਾਨਾਂ ਨੂੰ ਪਿੱਠ ਨਹੀਂ ਦਿਖਾਊਗਾ ਗਰੇਵਲ ਸਾਹਿਬ ਕਿਸਾਨ ਦਾ ਪੁੱਤ ਕਿਸਾਨਾਂ ਨੂੰ ਪਿੱਠ ਨਹੀਂ ਦਿਖਾਊਗਾ ਪਰ ਕੇਂਦਰ ਦੇ ਵਿੱਚ ਜਿਨ੍ਹਾਂ ਦੇ ਹੱਥ 'ਚ ਸੱਤਾ ਹੈ ਕਿਸਾਨੀ ਨਾਲ ਉਹਨਾਂ ਦਾ ਦੂਰ ਦੂਰ ਦਾ ਕੋਈ ਸੰਬੰਧ ਵੀ ਨਹੀਂ ਹੈਗਾ ਤੁਸੀਂ ਸੈਂਡ ਲੈਂਡ ਡਰੱਗਸ ਮਾਫੀਆ ਦੀ ਜਦੋਂ ਵੀ ਗੱਲ ਚੱਕੀ ਸੀ ਤਾਂ ਸਭ ਤੋਂ ਪਹਿਲਾਂ ਉਹਦਾ ਭੁਗਤਾਨ ਵੀ ਤੁਸੀਂ ਉਹ ਕੀਤਾ ਸੀ ਉਹਦੇ 'ਚ ਦੇਖੋ ਇਹ ਜੇ ਮੈਂ ਭੋਗਿਆ ਮੈਂ ਜੇ ਭੋਗਿਆ ਮੈਂ ਗਾਂਹ ਭੋਗਣ ਨੂੰ ਵੀ ਤਿਆਰ ਹਾਂ ਇਹ ਇਹ ਹੱਥ ਦੇ ਵਿੱਚ ਬੰਦਾ ਰੇਖਾਵਾਂ ਮੱਥੇ ਤੇ ਮੱਥੇ ਤੇ ਲਕੀਰਾਂ ਹੱਥਾਂ ਦੇ ਵਿੱਚ ਲਕੀਰਾਂ ਲੈ ਕੇ ਇਵਨ ਪੈਰਾਂ 'ਚ ਵੀ ਲਕੀਰਾਂ ਹੁੰਦੀਆਂ ਨੇ ਸਾਰੇ ਜਾ ਕੇ ਉਸੇ ਗੁਰੂ ਮਹਾਰਾਜ ਮੂਹਰੇ ਉਸੇ ਰੱਬ ਮੂਹਰੇ ਹੱਥ ਜੋੜਦੇ ਹੈਗੇ ਆ ਮੈਂ ਕਦੇ ਰੱਬ ਤੋਂ ਨਹੀਂ ਮੰਗ ਰੱਬ ਤੋਂ ਮੰਗਦਾ ਹੈਗਾ ਕਦੇ ਬੰਦੇ ਤੋਂ ਨਹੀਂ ਮੰਗਿਆ ਰੱਬ ਤੋਂ ਹਮੇਸ਼ਾ ਮੰਗੀਦਾ ਬੰਦੇ ਤੋਂ ਨਹੀਂ ਮੰਗਿਆ ਔਰ ਮੈਂ ਹਮੇਸ਼ਾ ਸੱਚ ਦਾ ਪਹਿਰਾ ਦਿੱਤਾ ਹੈਗਾ ਗਾਹਾਂ ਵੀ ਦੇਵਾਂਗੇ ਮੈਨੂੰ ਕੋਈ ਲਾਲਚ ਨਹੀਂ ਹੈਗਾ ਕਿਸੇ ਚੀਜ਼ ਦਾ ਕਿਸੇ ਕੋਲ ਸੀਦਾ ਜਾਂ ਹੋਰ ਮੇਰੇ ਜਿਹੜੇ ਪਿੰਡ ਵਾਲੇ ਨੇ ਮੇਰਾ ਜਿਹੜਾ ਭਾਈਚਾਰਾ ਹੈਗਾ ਮੇਰੇ ਜਿਹੜਾ ਕਿਸਾਨ ਪਰਿਵਾਰ ਨੇ ਉਹੀ ਮੇਰੇ ਗਲੇ ਦਾ ਹਾਰ ਨੇ ਮੈਂ ਤਾਂ ਉਹਨਾਂ ਦੇ ਵਿੱਚ ਹੀ ਰਿਹਾ ਹੈਗਾ ਉਹਨਾਂ ਦੇ ਵਿੱਚ ਹੀ ਰਹਿਣਾ ਹੈਗਾ ਹਰ ਚੰਗਾ ਹੋਊਗਾ ਡਟ ਕੇ ਕਰਾਂਗਾ ਮਾੜਾ ਹੋਊਗਾ ਤਾਂ ਬਿਲਕੁਲ ਉਹਨਾਂ ਦੀ ਲਾਈਨ ਦੇ ਵਿੱਚ ਖੜ ਜਾਾਂਗੇ ਕੋਈ ਵੱਡੀ ਪ੍ਰੋਬਲਮ ਨਹੀਂ ਅੱਛਾ ਗਰੇਵਲ ਸਾਹਿਬ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਅਲੱਗ-ਅਲੱਗ ਹੋ ਚੁੱਕੇ ਹੁਣ ਇਲੈਕਸ਼ਨ 2022 ਦੀ ਤੁਸੀਂ ਗੱਲ ਵੀ ਕਰ ਰਹੇ ਹੋ ਤੁਸੀਂ આરોਪ ਵੀ ਲਗਾ ਰਹੇ ਹੋ ਵੀ ਸ਼੍ਰੋਮਣੀ ਅਕਾਲੀ ਦਲ ਸਿਰਫ ਔਰ ਸਿਰਫ ਆਪਣਾ ਅਕਸ ਬਚਾਉਣ ਵਾਸਤੇ ਸਾਰਾ ਕੁਝ ਕਰ ਰਿਹਾ ਅਕਸ ਤਾਂ ਤਾਂ ਬਚੂਗਾ ਜੇ ਅਕਸ ਪਹਿਲਾਂ ਹੁੰਦਾ ਤਾਂ ਬਚਿਆ ਹੋਵੇ ਕੋਈ ਜਦ ਪਹਿਲਾਂ ਹੀ ਪੱਲੇ ਕੁਛ ਨਹੀਂ ਤੇ ਫਿਰ ਅਕਸ ਕੀ ਬਚਣਾ ਰਹੀ ਗੱਲ ਇਹ ਵੀ ਜਦੋਂ 2022 ਆਊਗਾ ਉਦੋਂ ਭਾਰਤੀ ਜਨਤਾ ਪਾਰਟੀ ਉਹ ਉਦੋਂ ਕੇਂਦਰੀ ਲੀਡਰਸ਼ਿਪ ਔਰ ਸਾਡੀ ਸਟੇਟ ਦੀ ਲੀਡਰਸ਼ਿਪ ਫੈਸਲਾ ਲਾਊਗੀ ਸਾਨੂੰ ਸੱਤਾ ਦਾ ਲਾਲਚ ਨਹੀਂ ਅਸੀਂ ਸੱਤਾ ਕਰਕੇ ਨਹੀਂ ਆਏ ਅਸੀਂ ਸੇਵਾ ਲਈ ਆਏ ਹੈਗੇ ਆ ਸੇਵਾ ਕੀਤੀ ਆ ਸੇਵਾ ਕਰਾਂਗੇ ਔਰ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਮੈਂ ਜਦੋਂ ਯੂਥ ਵਿੰਗ ਦਾ ਪੰਜਾਬ ਦਾ ਪ੍ਰੈਜ਼ੀਡੈਂਟ ਸੀ ਮੇਰੇ ਨਾਲ ਹਫ਼ਤਾ ਹਫ਼ਤਾ ਮੇਹੀ ਭਾਰਤੀ ਜਨਤਾ ਯੋਵਾ ਮੋਰਚੇ ਦਾ ਪੰਜਾਬ ਪ੍ਰਧਾਨ ਸੀ ਮੇਰੀ ਗੱਡੀ ਦੇ ਵਿੱਚ ਮੇਰੇ ਨਾਲ ਪੰਜਾਬ ਪਰਵਾਸ ਕਰਦੇ ਰਹੇ ਹੈਗੇ ਆ ਔਰ ਮੈਨੂੰ ਉਹਨਾਂ ਨੂੰ ਸਾਡੀਆਂ ਪੰਜਾਬੀਆਂ ਦੀਆਂ ਆਤਾਂ ਦਾ ਔਰ ਮੈਨੂੰ ਉਹਨਾਂ ਬਾਰੇ ਵੀ ਪਤਾ ਵੀ ਹੈਗਾ ਮੈਨੂੰ ਯਕੀਨ ਵੀ ਹੈਗਾ ਔਰ ਜਿਹੜੇ ਬੰਦੇ ਨੇ ਤੁੱਪ ਛਾਂ ਗਰਮੀ ਸਰਦੀ ਦੇਖੀ ਹੋਵੇ ਜਿਹਦੇ ਸਰੀਰ ਨੂੰ ਮੁੜਕਾ ਆਇਆ ਹੋਵੇ ਜਿਹਨੂੰ ਗਰੀਬੀ ਦਾ ਪਤਾ ਹੋਵੇ ਉਮੀਦੀ ਦਾ ਪਤਾ ਹੋਵੇ ਉਹ ਫਿਰ ਰੱਬ ਤੋਂ ਡਰਨ ਵਾਲੇ ਆ ਰੱਬ ਨੂੰ ਮੰਨਣ ਵਾਲੇ ਹੈਗੇ ਆ ਕਦੇ ਵੀ ਆਪਣੇ ਲੋਕਾਂ ਦਾ ਆਪਣੇ ਦੇਸ਼ਵਾਸੀਆਂ ਦਾ ਖਾਸ ਕਰਕੇ ਜਿਹੜੇ ਸੰਗਠਨ ਨਾਲ ਜੁੜੇ ਹੋਏ ਲੋਕ ਨੇ ਉਹ ਹਮੇਸ਼ਾ ਸਮਾਜ ਸੇਵੀ ਹੁੰਦੇ ਹੈਗੇ ਆ ਸਮਾਜ ਸਮਾਜ ਦੀ ਸੇਵਾ ਕਰਾਂਗੇ ਔਰ ਸਮਾਜ ਨੂੰ ਲੈ ਕੇ ਇਸ ਦੇ ਸੂਬੇ ਨੂੰ ਲੈ ਕੇ ਅੱਗੇ ਵਧਾਂਗੇ ਤਾਂ ਕਿ ਦੇਸ਼ ਦੇ ਨਾਲ ਨਾਲ ਜਿਹੜਾ ਸਾਡਾ ਸੂਬਾ ਪੰਜਾਬ ਆ ਉਹ ਵੀ ਕਿਤੇ ਪਿੱਛੇ ਨਹੀਂ ਰਹਿਣਦੇ ਆਗੇ ਇਸ ਚੀਜ਼ ਦੀ ਗਾਰੰਟੀ ਆ ਕਿਸਾਨ ਜਥੇਬੰਦੀਆਂ ਤਾਂ ਇਹ ਐਲਾਨ ਕਰ ਰਹੀਆਂ ਕਿ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਲੀਡਰ ਹੈ ਉਹਨਾਂ ਦੇ ਘਰਾਂ ਦੇ ਬਾਹਰ ਅਸੀਂ ਮੋਰਚੇ ਲਗਾਵਾਂਗੇ ਉਹ ਜੀ ਜੀ ਸਰਕੇ ਆਉਣ ਔਰ ਨਾਲ ਨਾਲ ਇਹ ਦੱਸਣ ਜੀ ਸਦਕੇ ਆਉਣ ਇਹ ਦੱਸਣ ਔਰ ਲੰਗਰ ਪਾਣੀ ਦਾ ਅਸੀਂ ਪ੍ਰਬੰਧ ਕਰਾਂਗੇ ਔਰ ਸਾਰਾ ਅਸੀਂ ਆਪ ਪ੍ਰਬੰਧ ਕਰਾਂਗੇ ਸਾਡੇ ਨੇ ਉਹ ਹਾਂ ਉਹਨਾਂ ਨੂੰ ਉਹਨਾਂ ਨੂੰ ਰੋਸਾ ਉਹਨਾਂ ਨੂੰ ਉਹਨਾਂ ਉਹਨਾਂ ਨੂੰ ਰੋਸਾ ਹੋ ਸਕਦਾ ਉਹਨਾਂ ਨੂੰ ਗੁੱਸਾ ਹੋ ਸਕਦਾ ਬਾਲਾ ਤੁਸੀਂ ਟੱਪਨ ਨਹੀਂ ਦੇ ਰਹੇ ਡੰਡੇ ਪਰ ਸਾਰੇ ਦੇਖੋ ਗੱਲ ਇਹ ਗੱਲ ਇਹ ਗੱਲ ਇਹ ਆ ਵੀ ਮੈਂ ਪੰਜਾਬ ਦੀ ਗੱਲ ਕਰ ਰਿਹਾ ਮੈਂ ਪੰਜਾਬੀਆਂ ਮੈਂ ਪੰਜਾਬ ਮੇਰਾ ਜਿਹੜਾ ਪੰਜਾਬੀ ਦੇ ਵਿੱਚ ਭਾਈਚਾਰਾ ਹੈਗਾ ਜਿਹੜੇ ਮੇਰੇ ਆਪਦੇ ਪਰਿਵਾਰ ਨੇ ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਭਗਵੰਤ ਮਾਨ ਹੋਣਾ ਨੇ ਚੁਟਕਲੀਆਂ ਵਾਲਿਆਂ ਨੇ ਗੁੰਮਰਾਹ ਕੀਤਾ ਹੋਇਆ ਹੈਗਾ ਔਰ ਜਿਹੜੇ ਵਿਚਾਰੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਵੀ ਜਦੋਂ ਇੱਕ ਸਰਕਾਰ ਹੀ ਕਹਿਣ ਲੱਗੀ ਔਰ ਬੀਡੀਓਆਂ ਦੀਆਂ ਡੀਡੀਪੀਆਂ ਦੀਆਂ ਡਿਊਟੀਆਂ ਲੱਗ ਗਈਆਂ ਔਰ ਤੁਸੀਂ ਜੀ ਹੁਣ ਮਤੇ ਪਾ ਕੇ ਉਹ ਸਰਕਾਰ ਕਹਿ ਰਹੀ ਹੈਗੀ ਸਿਰਫ ਤੇ ਸਿਰਫ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਆਪਦਾ ਝੂਠ ਲਕਾਉਣ ਲਈ ਸੱਚ ਨੂੰ ਨੂੰ ਪਰ ਉਹਨੇ ਬਿਲਕੁਲ ਉੱਪਰ ਪਰੋਲਾ ਫੇਰ ਦਿੱਤਾ ਔਰ ਜਿਹੜਾ ਸੱਚ ਹੈਗਾ ਉਹਨੂੰ ਦਬਾਇਆ ਜਾ ਰਿਹਾ ਝੂਠ ਜਿਹੜਾ ਹੈਗਾ ਪ੍ਰਚਾਰਿਆ ਜਾ ਰਿਹਾ ਔਰ ਮੈਂ ਨਹੀਂ ਕਹਿੰਦਾ ਵੀ ਸੱਚ ਦੀ ਸੱਚ ਸੱਚ ਹੁੰਦਾ ਝੂਠ ਦੀ ਲੰਬੀ ਉਮਰ ਨਹੀਂ ਹੁੰਦੀ ਅਖੀਰ ਨੂੰ ਕੂੜ ਖੁੱਟੇ ਨਾਨਕਾ ਓੜਕ ਸੱਚ ਰਹੀ ਉਹ ਸੱਚ ਨੇ ਸਾਚੀ ਹੋਣਾ ਹੈਗਾ ਔਰ ਇਹ ਜਿਹੜੇ ਛਲ ਕਾਪਟ ਨੇ ਇਹ ਝੂਠ ਆ ਇਹ ਥੋੜੇ ਦਿਨ ਦੀ ਗੱਲ ਹੈਗੀ ਆ ਕਿਸਾਨ ਸਾਡੇ ਨੇ ਅਸੀਂ ਕਿਸਾਨਾਂ ਦੇ ਆ ਔਰ ਜੇ ਦੁੱਗਣੀ ਆਮਦਨ ਦੀ ਗੱਲ ਕੀਤੀ ਆ ਬਿਲਕੁਲ ਪੂਰੀ ਕਰਕੇ ਦੇਾਂਗੇ ਜਿਹੜੀ ਕੋਈ ਕਮੀ ਇੱਥੇ ਆਰਡੀਨੈਂਸਾਂ ਦੇ ਵਿੱਚ ਉਹਨਾਂ ਨੂੰ ਲੱਗਦੀ ਆ ਉਹ ਵੀ ਪੂਰੀ ਕਰਾਂਗੇ 31 ਦੇ 31 ਨੂੰ ਸਦਾਂਗੇ ਔਰ ਇਹ ਇੱਕ ਵੀ ਗੱਲ ਦਾ ਸ਼ਿਕਵਾ ਨਹੀਂ ਰਹਿਣ ਦੇਾਂਗੇ ਇੱਕ ਵੀ ਗੱਲ ਦਾ ਸ਼ਿਕਵਾ ਨਹੀਂ ਰਹਿਣ ਦੇਾਂਗੇ ਪਰ ਕਿਸਾਨ ਹੈ ਜੋ ਅੱਜ ਦੀ ਡੇਟ ਦੇ ਵਿੱਚ ਤੁਹਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਲਾਈਨਾਂ ਰੋਕੀ ਬੈਠੇ ਨੇ ਸੜਕਾਂ ਤੇ ਆ ਚੁੱਕੇ ਹਾਂ ਮੈਂ ਵੀ ਉਹਨਾਂ ਦੇ ਵਿੱਚੋਂ ਹੀ ਆ ਮੇਰਾ ਵੀ ਉਹ ਮੇਰੇ ਵੀ ਉਹ ਪਰਿਵਾਰ ਨੇ ਉਹੀ ਖੂਨ ਉਹਨਾਂ ਚਾਹ ਉਹ ਹੀ ਖੂਨ ਮੇਰੇ ਚਾ ਔਰ ਅਸੀਂ ਜਿਹੜੇ ਕਿਸਾਨ ਹੈਗੇ ਆ ਨਾ ਅਸੀਂ ਇਮਾਨਦਾਰ ਵਫਾਦਾਰ ਉਹਦੇ ਨਾਲ इमोशनल ਬਹੁਤ ਹੁੰਦੇ ਆ ਇਸ ਕਰਕੇ ਉਹ इमोशनल ਕਰਕੇ ਉਹਨਾਂ ਨੂੰ ਬੁਖਾਇਆ ਗਿਆ ਹੈਗਾ ਔਰ ਸਾਨੂੰ ਆਪ ਅਫਸੋਸ ਆ ਵੀ ਉਹਨਾਂ ਨੂੰ ਕਿਉਂ ਮਹਿਣਾ ਪਿਆ ਹੈਗਾ ਔਰ ਜਿਹੜੀ ਗੱਲਬਾਤ ਹੈਗੀ ਆ ਉਹ ਬਿਨਾ ਪਟੜੀਆਂ ਤੋਂ ਬਿਨਾ ਟੋਲ ਪਲਾਜ਼ੇ ਰੋਕਿਆਂ ਤੋਂ ਬਿਨਾ ਜੀਟੀ ਰੋਡ ਤੋਂ ਰੋਕਿਆਂ ਤੋਂ ਜੇ ਉਹਨਾਂ ਨੂੰ ਇਹ ਪ੍ਰੋਬਲਮ ਆਈ ਹੈਗੀ ਆ ਉਹ ਪਹਿਲਾਂ ਵੀ ਹੱਲ ਹੋ ਜਾਣੀ ਸੀ ਹੁਣ ਵੀ ਗੱਲ ਹੱਲ ਹੋ ਜਾਣੀ ਆ ਗਾਹ ਵੀ ਹੱਲ ਹੋਜੂਗੀ ਇਹ ਗੱਲ ਨਹੀਂ ਹੈਗੀ ਇਹ ਕਿਸੇ ਮੁਲਕ ਦੀ ਲੜਾਈ ਨਹੀਂ ਹੈਗੀ ਆਪਦੇ ਆਵਾਮ ਦੀਆਂ ਵੋਟਾਂ ਦੇ ਨਾਲ ਅਸੀਂ ਸੱਤਾ ਦੇ ਵਿੱਚ ਆਏ ਹੈਗੇ ਆ ਅਸੀਂ ਜਾ ਕੇ ਵਾਪਸ ਵੀ ਸ਼ਕਲ ਦਿਖਾਉਣੀ ਹੈਗੀ ਆ ਇਹ ਨਹੀਂ ਹੈਗਾ ਵੀ ਆਪਦਿਆਂ ਦਾ ਧੱਕਾ ਧੋਖਾ ਕਰਾਂਗੇ ਅਸੀਂ ਕੁਲਜੀਤ ਸਿੰਘ ਨਾਗਰਾ ਜੀ ਐਮਐਲਏ ਨੇ ਫਤਿਹਗੜ੍ਹ ਸਾਹਿਬ ਤੋਂ ਉਹਨਾਂ ਨੇ ਰਿਜ਼ਾਈਨ ਕੀਤਾ ਕਿਸਾਨਾਂ ਦੇ ਹੱਕ ਦੇ ਵਿੱਚ ਸੋ ਕਾਂਗਰਸ ਦੇ ਇੱਕੋ ਹੀ ਨੇਤਾ ਜਿਨ੍ਹਾਂ ਨੇ ਰਿਜ਼ਾਈਨ ਕੀਤਾ ਤੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਵਾਲੀ ਕੁਰਸੀ ਸੰਭਾਲ ਲੈਣੀ ਹੈ ਜੀ ਉਹ ਸਾਰੇ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਕਾਂਗਰਸ ਦੇ ਵਿੱਚ ਨੇ ਨਾ ਜੀ ਇਹ ਬੀ ਸੀ ਡੀ ਉੱਥੇ ਮੈਂ ਕਹਿੰਦਾ 10 ਕ ਮੁੱਖ ਮੰਤਰੀ ਫਿਰਦੇ ਹੈਗੇ ਕੋਈ ਆਪੋ ਆਪਣੇ ਤਰੀਕੇ ਜੁਗਤ ਲੜਾ ਰਹੇ ਆ ਚਲੋ ਜੇ ਕੋਈ ਬਣ ਜੂਗਾ ਤਾਂ ਭਾਈ ਆਵੇ ਤੋਂ ਕਿਸਾਨਾਂ ਦਾ ਤੇ ਲੋਕਾਂ ਦਾ ਖੇਤ ਮਜ਼ਦੂਰਾਂ ਦਾ ਕਿਰਤੀਆਂ ਦਾ ਭਲਾ ਕਰੇ ਮੈਂ ਕਹਿੰਦਾ ਵੈਲਕਮ ਆ ਸਾਨੂੰ ਤਾਂ ਜਹਜਾ ਰਾਜਾ ਉਹੋ ਜੇ ਸਾਰੇ ਹੋਰ ਨੇ ਕਿਉਂਕਿ ਜਿਹੜੀ ਕਾਂਗਰਸ ਹੈਗੀ ਆ ਇਹਨਾਂ ਨੇ ਹਮੇਸ਼ਾ ਝੂਠ ਬੋਲਿਆ ਇਹ ਲਾਰੇ ਲਾਉਂਦੇ ਆ ਨਾਰੇ ਲਾਉਂਦੇ ਆ ਲਾਰੇ ਲਾਉਂਦੇ ਆ ਵੀ ਤੁਹਾਨੂੰ ਇਹ ਦੇਾਂਗੇ ਨਾਰੇ ਲਾਉਂਦੇ ਹੈਗੇ ਆ ਉਹਨਾਂ ਦੇ ਵਿੱਚ ਗਰਮਾਹਟ ਭਰਦੇ ਹੈਗੇ ਆ ਉਦੋਂ ਬਾਅਦ ਭੱਜ ਜਾਂਦੇ ਹੈਗੇ ਆ ਤੇ ਭੱਜੇ ਹੋਏ ਜਿਹੜੇ ਹੈਗੇ ਆ ਹੁਣ ਲੋਕਾਂ ਨੂੰ ਗਮਰਾਹ ਕਰਕੇ ਸੜਕਾਂ ਤੇ ਬਿਠਾਇਆ ਹੋਇਆ ਆਪ ਰਾਜਾ ਜੀ ਐਸ਼ ਇਸ਼ਰਤ ਦੇ ਨਾਲ ਆਪਣਾ ਸਮਾ ਬਤਾ ਰਹੇ ਹੈਗੇ ਆ ਔਰ ਜੇ ਬੈਠੇ ਆ ਭੁੱਖੇ ਪਾਣੇ ਉਹ ਸਾਡੇ ਕਿਸਾਨ ਬੈਠੇ ਆ ਰਾਜੇ ਨੇ ਤਾਂ ਸ਼ਾਮ ਨੂੰ ਜਿਵੇਂ ਆਪਣਾ ਸਮਾ ਬਤੀਤ ਕਰਨਾ ਰਾਜਿਆਂ ਵਾਲਾ ਇਹ ਸਾਰੀ ਦੁਨੀਆ ਜਾਣਦੀ ਆ ਇਸ ਕਰਕੇ ਇਸ ਚੀਜ਼ ਤੋਂ ਆਪਾਂ ਧਿਆਨ ਦਈਏ ਔਰ ਇਹਨਾਂ ਦੇ ਗਮਰਾਹ ਕਰਨ ਪ੍ਰਚਾਰ ਦਾ ਆਪਾਂ ਹਿੱਸਾ ਨਾ ਬਣ ਜਾਈਏ ਗਰੇਵਲ ਸਾਹਿਬ ਜਦੋਂ ਤੁਸੀਂ ਕਿਸਾਨਾਂ ਦੇ ਐਡੇ ਵੱਡੇ ਹਤਾਸ਼ੀ ਨੂੰ ਤਾਂ ਮੋਦੀ ਸਾਹਿਬ ਨੂੰ ਆਪਣੀ ਪੂਰੀ ਟੀਮ ਉਹਨਾਂ ਕੋਲ ਐਡੀ ਕੈਬਿਨੇਟ ਹੈ 303 ਉਹਨਾਂ ਕੋਲ ਸੰਸਦ ਨੇ ਇਹ ਵਿਧਾਇਕ ਹੈ ਤੇ ਉਹਨਾਂ ਨੂੰ ਕਿਸਾਨਾਂ ਦੇ ਕੋਲ ਭੇਜ ਦੇਣੇ ਚਾਹੀਦੇ ਨੇ ਦੇਖੋ ਇਹਦੇ ਵਿੱਚ ਉਹਦੇ ਵਿੱਚ ਉਹਦੇ ਵਿੱਚ ਦੇਖੋ ਉਹਦੇ ਚ ਅਸੀਂ ਜਿਹੜੇ ਪੰਜਾਬੀਆਂ ਜਾਂ ਅਸੀਂ ਦੇਸ਼ਵਾਸੀਆਂ ਉਹਦੇ ਵਿੱਚ ਕੋਈ ਇੱਜ਼ਤ ਮਾਨ ਸਤਕਾਰ ਨਾਉ ਦੀ ਵੀ ਗੱਲ ਹੁੰਦੀ ਹੈ ਅਸੀਂ ਇਹਨਾਂ ਨੂੰ ਬਕਾਇਦਾ ਸੱਦਾ ਵੀ ਦੇਾਂਗੇ ਰਿਕਾਰਡ ਨਾਲ ਬੁਲਾਵਾਂਗੇ ਵੀ ਗੱਲ ਵੀ ਸੁਣਾਗੇ ਗੱਲ ਪੂਰੀ ਵੀ ਕਰਾਂਗੇ ਗੱਲ ਪੂਰੀ ਵੀ ਕਰਾਂਗੇ ਤੇ ਮੇਰਾ ਤੁਹਾਨੂੰ ਸਵਾਲ ਹੈ ਕਿ ਹੁਣ 2022 ਦੇ ਵਿੱਚ ਕਿ ਬੀਜੇਪੀ ਇਕੱਲੇ ਪੱਧਰ ਤੇ ਇਲੈਕਸ਼ਨ ਲੜੇਗੀ ਜਾਂ ਕਿਸੇ ਨਾਲ ਭਾਈਵਾਲ ਵੀ ਹੋ ਸਕਦੀ ਹੈ ਦੇਖੋ ਸਾਡੇ ਪ੍ਰਦੇਸ਼ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਫਿਰ ਕੋਰ ਕਮੇਟੀ ਫਿਰ ਸੈਂਟਰ ਦੇ ਸਾਡੀ ਕੋਰ ਕਮੇਟੀ ਮਾਂ ਜੋ ਪ੍ਰਧਾਨ ਮੰਤਰੀ ਜੀ ਪੂਰੀ ਉਹਨਾਂ ਦੀ ਕੈਬਨਿਟ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਫਿਰ ਸੰਗਠਨ ਇੱਕ ਵੱਡਾ ਸਿਸਟਮ ਹੈਗਾ ਔਰ ਜਿਵੇਂ ਵੀ ਉਹਨਾਂ ਨੇ ਹੁਕਮ ਕੀਤਾ ਜੇ ਹੁਣ ਪਿਛਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਰੱਖਿਆ ਤਾਂ ਉਹ ਉੱਪਰੋਂ ਹਦਾਇਤ ਸੀ ਥੱਲੇ ਵਰਕਰਾਂ ਦੇ ਤਾਂ ਬਹੁਤ ਜੁੱਤੀਆਂ ਖਾਧੀਆਂ ਔਰ ਵਰਕਰਾਂ ਨੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਤਾਂ ਸਰਕਾਰ ਦੇਖੀ ਨਹੀਂ ਉਹ ਕਹਿੰਦੇ ਜੀ ਰਾਜ ਨਹੀਂ ਸੇਵਾ ਰਾਜ ਅਕਾਲੀ ਕਰਦੇ ਰਹੇ ਸਾਡੇ ਵਾਲਿਆਂ ਦੇ ਤਾਂ ਵਿਚਾਰਿਆਂ ਦੇ ਸੇਵਾ ਹੋਈ ਜਾਂ ਫਿਰ ਉਹਨਾਂ ਦੀ ਸੇਵਾ ਇਹਨਾਂ ਨੇ ਕੀਤੀ ਇਹਨਾਂ ਦੇ ਹਿੱਸੇ ਇਹੀ ਆਇਆ ਪਰ ਵਿਖਦੇ ਵਿੱਚ ਜਿਹੜਾ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਦੇ ਵਰਕਰਾਂ ਦਾ ਇੱਥੋਂ ਦੇ ਲੋਕਾਂ ਦਾ ਇੱਥੇ ਦੇ ਵਸਨੀਕਾਂ ਦਾ ਜਿਹੜਾ ਭੋਿਕ ਹੋਊਗਾ ਉਹ ਵਧੀਆ ਹੋਊਗਾ ਤੇ ਜਿੰਨਾ ਕਿ ਤੁਸੀਂ ਹੁਣ ਤੱਕ ਗੱਲਬਾਤ ਕੀਤੀ ਹੈ ਉਸ ਤੋਂ ਇਹੀ ਨਿਕਲ ਕੇ ਆਇਆ ਹੈ ਕਿ ਪੰਜਾਬ ਦਾ ਜਿਹੜਾ ਵਰਕਰ ਹੈ ਉਹ ਤਾਂ ਦੂਰਦਰਸ਼ੀ ਹੈਗਾ ਪਰ ਥੋੜੀ ਜਿਹੜੀ ਕੇਂਦਰ ਦੀ ਲੀਡਰਸ਼ਿਪ ਹੈ ਉਹਦੇ ਵਿੱਚ ਦੂਰਦਰਸ਼ੀਤਾ ਦੀ ਬਹੁਤ ਵੱਡੀ ਨਹੀਂ ਇਹ ਤੁਸੀਂ ਨਹੀਂ ਕਹਿ ਸਕਦੇ ਸਾਡੇ ਸਤਿਕਾਰਯੋਗ ਨੇ ਮਾਨਯੋਗ ਨੇ ਔਰ ਉਹਨਾਂ ਦੀ ਉਹਨਾਂ ਦੀ ਦੂਰਦਸ਼ਾ ਦਰਸ਼ਾ ਤੇ ਉਹਨਾਂ ਦੀ ਜਿਹੜੀ ਪਾਰਟੀ ਦੇ ਵਰਕਰਾਂ ਦੀ ਸੇਵਾ ਹੁੰਦੀ ਰਹੀ ਨਹੀਂ ਉਹਦੇ ਵਿੱਚ ਇਹ ਆ ਵੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜਾਂਦੇ ਸੀ ਨਾ ਉਹਨਾਂ ਦੀ ਉਹਨਾਂ ਦੇ ਸਾਡੇ ਜਿਹੜੇ ਸੀਨੀਅਰ ਲੀਡਰਸ਼ਿਪ ਨਾਲ ਉਸ ਹਿਸਾਬ ਦੇ ਨਾਲ ਕੰਮ ਕੀਤਾ ਹੋਇਆ ਸੀਗਾ ਤੇ ਉਹਦੇ ਵਿੱਚ ਫਿਰ ਇਹ ਆ ਵੀ ਉਹਨਾਂ ਨੂੰ ਸਤਿਕਾਰ ਦਿੰਦੇ ਸੀ ਪਰ ਅਕਾਲੀ ਦਲ ਦੇ ਦੋ ਚਿਹਰੇ ਰਹੇ ਆ ਅਕਾਲੀ ਅਕਾਲੀ ਦਲ ਦੇ ਦੋ ਚਿਹਰੇ ਰਹੇ ਆ ਅਕਾਲੀ ਦਲ ਦੇ ਪੰਜਾਬ 'ਚ ਉਹਨਾਂ ਨੂੰ ਭਾਜਪਾ ਮਾੜੀ ਲੱਗਦੀ ਸੀ ਕੇਂਦਰ ਵਾਲੀ ਚੰਗੀ ਲੱਗਦੀ ਸੀ ਪੰਜਾਬ 'ਚ ਚਿਹਰਾ ਉਹਨਾਂ ਦਾ ਹੋਰ ਸੀ ਦਿੱਲੀ 'ਚ ਜਾ ਕੇ ਹੋਰ ਸੀ ਇੱਥੇ ਕੁਝ ਇੱਥੇ ਕੁਝ ਦੇਣਾ ਹੁੰਦਾ ਸੀ ਤਾਂ ਹੋਰ ਸੀ ਉੱਥੇ ਕੁਝ ਜਾ ਕੇ ਲੈਣਾ ਹੁੰਦਾ ਸੀ ਤਾਂ ਹੋਰ ਸੀ ਲੇਕਿਨ ਸਾਡਾ ਇਹ ਸੀ ਵੀ Hindu Sikh ਏਕਤਾ ਪੰਜਾਬ ਦੇ ਵਿੱਚ ਅਮਨ ਭਾਈਚਾਰਾ ਇੱਥੋਂ ਦੇ ਹਾਲਾਤ ਨਾ ਖਰਾਬ ਹੋਣ ਹੁਣ ਵੀ ਸ਼ਰਾਰਤ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਕਹਿ ਕਹਾ ਕੇ ਥੋੜੇ ਦਿਨਾਂ ਬਾਅਦ ਖਾਲਿਸਤਾਨ ਦੀ ਗੱਲ ਬਾਰ ਬਾਰ ਮੂਰੇ ਲਿਆਉਂਦੇ ਆ ਤਾਂ ਕਿ ਇੱਥੋਂ ਦਾ ਜਿਹੜਾ Hindu ਦਾ ਯਾਰਾ ਹੈਗਾ ਸ਼ਹਿਰਾਂ ਦੇ ਲੋਕ ਹੈਗੇ ਆ ਜਾਂ ਜਿਹੜੇ ਅਮਨ ਪਸੰਦ ਲੋਕ ਹੈਗੇ ਆ ਉਹ ਡਰ ਜਾਣ ਦਬ ਜਾਣ ਔਰ ਉਹ ਉਹੋ ਜਿਹੇ ਹਾਲਾਤ ਮੁੜ ਕੇ ਸ਼੍ਰੋਮਣੀ ਅਕਾਲੀ ਦਲ ਬਣਾਉਣੇ ਚਾਹੁੰਦਾ ਜਿਹੜੇ ਮਾੜੇ ਹਾਲਾਤ ਸੀ ਪਰ ਇਸ ਗੱਲ ਦਾ ਮੈਂ ਭਰਾਵਾਂ ਨੂੰ ਬੇਨਤੀ ਕਰੂੰਗਾ ਬਈ ਦੇਖੋ ਚਾਹੇ ਪੰਜਾਬ ਦੇ ਵਿੱਚ ਕੋਈ ਵੀ ਗਿਆ ਸਾਡੇ ਤੋਂ ਵਿਦਾ ਹੋਇਆ ਉਹ ਇੱਕ ਮਾਂ ਦਾ ਪੁੱਤ ਪੁੱਤ ਸਾਤੋਂ ਵਿਦਾ ਹੋਇਆ ਵੀ ਆਪਾਂ ਸਾਰਿਆਂ ਨੇ ਰੜ ਕੇ ਉਹ ਜੇ ਦਿਨ ਬਿਲਕੁਲ ਨਹੀਂ ਆਉਣਦੇ ਨੇ ਔਰ ਜਿਹੜਾ ਵੀ ਇਹ ਜੀ ਲਾਈਨ ਅਡਾਪਟ ਕਰੂਗਾ ਉਹਦਾ ਡਟ ਕੇ ਵਿਰੋਧ ਕਰੋ ਚਾਹੇ ਉਹ ਸੁਖਮਿੰਦਰਪਾਲ ਸਿੰਘ ਗਰੇਵੜ ਕਿਉਂ ਨਾ ਹੋਵੇ ਇਹ ਸੰ ਸੁਖਮਿੰਦਰਪਾਲ ਸਿੰਘ ਗਰੇਵਾਲ ਮੰਜੇ ਹੋਏ ਨੇਤਾ ਨੇ ਆਪਣੀ ਜੋ ਕੇਂਦਰੀ ਲੀਡਰਸ਼ਿਪ ਹੈ ਉਹਦਾ ਬਚਾਅ ਵੀ ਕਰਦੇ ਨਜ਼ਰਾ ਨਹੀਂ ਨਹੀਂ ਕਦੀ ਕਦੀ ਮੇਰੀ ਲੀਡਰਸ਼ਿਪ ਹੀ ਬੱਬਰ ਸ਼ੇਰ ਆ ਔਰ ਉਹਦਾ ਬਚਾਅ ਮੈਂ ਕੀ ਕਰਨਾ ਉਹਨਾਂ ਨੇ ਤਾਂ ਕਬਜ ਮੈਨੂੰ ਦਿੱਤਾ ਹੋਇਆ ਵੀ ਜਾ ਕੇ ਕੰਮ ਕਰੋ ਔਰ ਸੇਵਾ ਕਰੋ ਔਰ ਸੇਵਾ ਤੋਂ ਬਗੈਰ ਤੁਹਾਨੂੰ ਅਸੀਂ ਹੋਰ ਕੁਝ ਨਹੀਂ ਦੇਖਣਾ ਚਾਹਤ ਸੇਵਾ ਹੀ ਤਾਂ ਕਰਵਾਈ ਹੈ ਇਹਨਾਂ ਨੇ ਪਿਛਲੇ 10 ਸਾਲਾਂ ਚ ਸੱਤਾਧਾਰੀ ਪਾਰਟੀ ਵੱਲੋਂ ਜਦੋਂ ਇਹ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੀ ਸੇਵਾ ਕੀਤੀ ਹੈ ਖਾਲੀਦ ਅਲ ਨੇ ਪੂਰੀ ਰੱਖੀ ਦੇਖੋ ਆਵਾਜ਼ ਉਠਾਉਂਦੇ ਰਹੇ ਆ ਸੁਣੀ ਗਈ ਨਹੀਂ ਸੁਣੀ ਗਈ ਲੇਕਿਨ ਮਨ ਤੇ ਬੋਝ ਨਹੀਂ ਹੈ ਉਸ ਗੁਰੂ ਨੂੰ ਸੱਚੇ ਆ ਉਹਨਾਂ ਲੋਕਾਂ ਨੂੰ ਸੱਚੇ ਆ ਆਪਦੇ ਪਾਰਟੀ ਦੇ ਵਰਕਰਾਂ ਨੂੰ ਸੱਚੇ ਆ ਔਰ ਜਿਨ੍ਹਾਂ ਦੇ ਵਿੱਚੋਂ ਆਵਾਜ਼ ਉਠਾਉਂਦੇ ਸੀ ਬਾਕੀ ਮੁਕੱਦਰ ਦੀ ਵੀ ਗੱਲ ਹੁੰਦੀ ਹੈ ਜੇ ਹੁਣ ਮੇਰਾ ਮੁਕੱਦਰ ਹੀ ਢਿੱਲਾ ਤੇ ਮੈਂ ਉਹਨੂੰ ਤਾਂ ਚੇਂਜ ਨਹੀਂ ਕਰ ਸਕਦਾ ਹੈਗਾ ਲੇਕਿਨ ਹੌਂ ਵਾਲਾ ਸਮਾ ਜਿਹੜਾ ਹੈਗਾ ਉਹ ਬਿਹਤਰੀਨ ਰਹੂਗਾ ਆਖਰੀ ਸਵਾਲ ਹੈ ਤੁਹਾਨੂੰ ਕੀ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਹੋ ਸਕਦੀ ਹੈ ਭਾਰਤੀ ਜਨਤਾ ਦੇ ਦੇਖੋ ਕਾਂਗਰਸ ਦਾ ਲੀਡਰ ਆ ਤੇ ਕਾਂਗਰਸ ਜਾਣੇ ਕਾਂਗਰਸ ਦਾ ਕੰਮ ਜਾਣੇ ਰਾਜਾ ਜਾਣੇ ਸਿੱਧੂ ਜਾਣੇ ਰਾਬਤ ਸਾਹਿਬ ਜਾਣਨ ਹੋਰ ਰਾਹੁਲ ਜੀ ਜਾਣਣ ਸੋਨੀਆ ਮੈਡਮ ਜਾਣੇ ਮਨਮੋਹਨ ਸਿੰਘ ਹੋਣੀ ਜਾਣਣ ਇਸ ਕਰਕੇ ਸਾਡਾ ਨਵਜੋਤ ਸਿੰਘ ਸਿੱਧੂ ਹੋਣਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਨਵਜੋਤ ਸਿੰਘ ਸਿੱਧੂ ਹੋਰਾਂ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਕਹਿਣਾ ਹੈ ਸੁਖਮਿੰਦਰ ਸਿੰਘ ਗਰੇਵਾਲ ਦਾ ਇਹਨਾਂ ਦਾ ਕਹਿਣਾ ਕਿ ਸ਼ਰੂਮ ਨਹੀਂ ਅਕਾਲੀ ਦਲ ਹੁਣ ਡਰ ਦੀ ਰਾਜਨੀਤੀ ਕਰਨੀ ਸ਼ੁਰੂ ਕਰ ਚੁੱਕਿਆ ਉਹ ਜੋ ਪੰਜਾਬ ਦਾ ਹਿੰਦੂ ਭਾਈਚਾਰਾ ਹੈ ਖਾਲਿਸਤਾਨ ਦੇ ਨਾਂ ਤੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਮੇਸ਼ਾ ਹਿੰਦੂ ਸਿੱਖ ਇਕਤਾ ਦੀ ਗੱਲ ਆਖੀ ਗਈ ਹੈ ਹਾਲਾਤ ਪੰਜਾਬ ਦੇ ਇਹ ਹੋ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਚਾਰ-ਚਾਰ ਪਾਰਟੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਲੜਨਗੀਆਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ 2022 ਦਾ ਇਲੈਕਸ਼ਨ ਲੜਿਆ ਜਾ ਰਿਹਾ ਹੈ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ ਕਿਹੜੀ ਪਾਰਟੀ ਕਿਸਾਨਾਂ ਨੂੰ ਆਪਣੇ ਹੱਕ ਵਿੱਚ ਕਰਨ ਵਿੱਚ ਕਾਮਯਾਬ ਹੋਏਗੀ ਔਰ ਕਿਹੜੀ ਉਹਨਾਂ ਦਾ ਰੋਸ ਚਿੱਲੇ ਗੀਤਾ ਆਉਣ ਵਾਲਾ ਸਮਾਂ ਹੀ ਦੱਸੇ ਮੈਂ ਇੱਕ ਜ਼ਰੂਰ ਬੇਨਤੀ ਕਰੂੰਗਾ ਵੀ ਮੈਂ ਸਿਰਫ ਤੇ ਸਿਰਫ ਪੰਜਾਬ ਦੀ ਕਿਸਾਨਾਂ ਦੀ ਭਾਰਤੀ ਜਨਤਾ ਪਾਰਟੀ ਦੀ ਗੱਲ ਰੱਖਣਾ ਆ 2022 ਦਾ ਲਾਲਚ ਕੈਪਟਨ ਅਮਰਿੰਦਰ ਸਿੰਘ ਨੂੰ ਹੋਊਗਾ ਭਗਵੰਤ ਮਾਨ ਹੋਣਾ ਨੂੰ ਹੋਊਗਾ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੂੰ ਹੋਵੇਗਾ ਲੇਕਿਨ ਸਾਨੂੰ ਪੰਜਾਬ ਦੀ ਅਮਨ ਸ਼ਾਂਤੀ ਚਾਹੀਦੀ ਆ ਆਪ ਦੇ ਕਿਸਾਨ ਜਿਹੜੇ ਹੈਗੇ ਆ ਉਹ ਮਜ਼ਬੂਤ ਚਾਹੀਦੇ ਹੈਗੇ ਆ ਆਪਸੀ ਭਾਈਚਾਰਾ ਮਜ਼ਬੂਤ ਚਾਹੀਦਾ ਹੈਗਾ ਰਾਜਪਾਲ ਵੀ ਵਾਰੀ ਆਉਂਦੇ ਆ ਤੇ ਵੀ ਵਾਰੀ ਜਾਂਦੇ ਹੈਗੇ ਆ ਜਦ ਸਾਡੀ ਕੇਂਦਰ ਚ ਸਰਕਾਰ ਆ ਪੰਜਾਬ ਦੇ ਵਿੱਚ ਵੀ ਅਸੀਂ ਇੰਨੇ ਕੁ ਸક્ષਮ ਹੈਗੇ ਆ ਵੀ ਸਾਡੇ ਜਿਹੜੇ ਵਰਕਰ ਨੇ ਜਾਂ ਜਿਹੜੇ ਕਿਸਾਨ ਭਰਾ ਨੇ ਉਹਨਾਂ ਦਾ ਸਿਰ ਨੀਵਾ ਨਹੀਂ ਹੋਣਦਿਆਂਗੇ ਬਿਲਕੁਲ ਜੀ ਬਿਲਕੁਲ ਤੋਂ ਦਰਸ਼ਕੋ ਸਮਾਂ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਮੈਨੂੰ ਦੁਰਗੇਸ਼ ਗਾਜਰੀ ਅਤੇ ਸੁਖਮਿੰਦਰ ਪਾਲ ਸਿੰਘ ਗਰੇਵਾਲ ਜੀ ਨੂੰ ਦਿਓ ਇਜਾਜ਼ਤ ਨਮਸਕਾਰ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ